ਨਮਸਕਾਰ ਆਪ ਦੇਖ ਰਹੇ ਹੈ ਦਿਨਿਕ ਸਵੇਰਾ ਟੀਵੀ ਔਰ ਇਸ ਸਮੇਂ ਹਮ ਅੰਮ੍ਰਿਤਸਰ ਮੇ ਵਾਰਡ ਨੰਬਰ 79 ਮੇ ਔਰ ਹਮਾਰੇ ਸਾਥ ਹੈ ਯਾਕੇ ਮੌਜੂਦਾ ਐਮਸੀ ਨਿਰਪੈ ਸਿੰਘ ਫੌਜੀ ਜੀ ਜੀ ਮੈਂ ਵਾਰਡ ਨੰਬਰ ਇਹ ਉਸ ਟਾਈਮ ਇੱਕ ਸੀਗੀ ਪਿਛਲੇ ਸਮੇਂ ਚ ਇਹ ਬੀਜੇਪੀ ਦੀ ਸ਼ੀਟ ਹੁੰਦੀ ਸੀਗੀ ਪਰ ਬੀਜੇਪੀ ਦਾ ਇੱਥੇ ਕੋਈ ਆਧਾਰ ਨਹੀਂ ਹੈਗਾ ਇਹਨਾਂ ਦੇ ਸੇ ਵਰਕਰ ਨਹੀਂ ਹੈਗੇ ਅਕਾਲੀ ਦਲ ਦੀ ਸਾਡੀ ਸ਼ੀਟ ਆ ਤੇ ਅਕਾਲੀ ਦਲ ਦੇ ਇੱਥੇ ਵਰਕਰ ਆ ਤੇ ਇਹਦੇ ਤੇ ਅਸੀਂ ਪਿਛਲੀ ਵਾਰੀ ਮੈਂ ਯਾਦ ਲਾਖੇ ਲੜੀ ਸੀਗੀ ਤੇ ਯਾਦ ਅਸੀਂ ਜਿੱਤ ਕੇ ਤੇ ਮੁੜ ਕੇ ਪਾਰਟੀ ਨਾਲ ਕਾਲੀ ਦਲ ਦੇ ਨਾਲ ਮੈਂ ਸ਼ਾਮਿਲ ਹੋਇਆ ਸੀਗਾ ਤੇ ਬਿਕਰਮ ਸਿੰਘ ਮਜੀਠੀਆ ਸਾਡੇ ਇਥੋਂ ਦੇ ਜਰਨੈਲ ਨੇ ਤੇ ਉਹਨਾਂ ਦਾ ਮੇਰੇ ਤੇ ਹੱਥ ਸੀ ਤੇ ਉਹਨਾਂ ਨੇ ਸਾਨੂੰ ਪੈਸੇ ਬਹੁਤ ਦਵਾਈ ਨੇ ਵਾਰਡ ਦੇ ਅਸੀਂ ਘਟੋ ਘਟ ਵੀ ਕੋਈ 12 ਕਰੋੜ ਦੇ ਕਰੀਬ ਕਰੀਬ ਇਲਾਕੇ ਦੇ ਵਿਕਾਸ ਦੇ ਕੰਮ ਕਰਾਏ ਨੇ ਇਹ ਇਲਾਕੇ 'ਚ ਸਾਡੇ ਕੋਲ ਵਾਟਰ ਸਪਲਾਈ ਨਹੀਂ ਸੀਵਰ ਨਹੀਂ ਗਲੀਆਂ ਨਹੀਂ ਛੜਕਾਂ ਨਾਲੀਆਂ ਨਹੀਂ ਹੈਗੀਆਂ ਲੋਕ ਇੱਕ ਨਰਕ ਦੀ ਜ਼ਿੰਦਗੀ ਜੀਂਦੇ ਸੀ ਜਿਹਨੂੰ ਅੱਜ ਅਸੀਂ ਕਿਸੇ ਰਸਤੇ ਤੇ ਲਿਆ ਕੇ ਖੜਾ ਕਰ ਲਿਆ ਵਾ ਇਹ ਵਾਰਡ ਦੇ ਕਾਫੀ ਹੱਦ ਤੱਕ ਅਸੀਂ ਗਲੀਆਂ ਬਣਾ ਦਿੱਤੀਆਂ ਨੇ ਸੀਵਰ ਪੈ ਚੁਕੇ ਨੇ ਥੋੜ ਬਹੁਤ ਸੀਵਰ ਦੀ ਕਮੀ ਰਹਿ ਗਈ ਹੈ ਜੋ ਚੱਲਣ ਦੀ ਹੈ ਮੇਨ ਵੱਡਾ ਸੀਵਰ ਆ ਤੇ ਜਾਂ ਕੋਈ ਥੋੜ ਬਹੁਤ ਵਾਟਰ ਸਪਲਾਈ ਦਾ ਕੰਮ ਰਹਿ ਗਿਆ ਬਹੁਤੇ ਕੰਮ ਅਹੀ ਹੈ ਇਲਾਕੇ ਦੇ ਕਵਰ ਕਰ ਲਏ ਨੇ ਤੇ ਰਕੇਸ਼ ਗੇਲੇ ਤੋਂ ਸਾਡਾ ਐਮ ਐਲ ਏ ਆ ਬੀ ਜੀ ਪੀ ਦਾ ਕਿਉਂਕਿ ਆਪ ਉਹ ਇਨਾ ਐਕਟਿਵ ਨਹੀਂ ਹੈਗਾ ਆਪਣੀਆਂ ਕਮੀਆਂ ਨੂੰ ਛਪਾਉਣ ਵਾਸਤੇ ਅੱਜ ਉਹਨੇ ਸਾਡੀ ਇਹ ਸ਼ੀਟ ਜਿਹੜੀ ਆ ਕਾਲੀਦਲ ਦੀ ਸ਼ੀਟ ਹੋਣੀ ਚਾਹੀਦੀ ਆ ਤੇ ਉਹਨਾਂ ਨੇ ਬੀ ਜੀ ਪੀ ਚ ਇਹਨੂੰ ਮਿਲਾ ਲਿਆ ਵਾ ਹਥੋ ਜੇ ਸ਼ੀਟ ਬੀ ਜੀ ਪੀ ਦੀ ਨਹੀਂਗੀ ਜੀ ਇਹ ਸਾਡੇ ਨਾਲ ਧੱਕਾ ਕੀਤਾ ਵਾ ਸ਼ੀਟ ਸਾਡੀ ਸਾਨੂੰ ਇਹਨਾਂ ਹਾਂ ਕਰ ਦਿੱਤੀ ਵੀ 79 ਤੁਹਾਡੀ ਹੀਟ ਹੋ ਗਈ ਹੈ ਪਹਿਲੀ ਗੱਲ ਤੇ ਸ਼ੀਟ 84 ਤੇ 85 ਨੰਬਰ ਸ਼ੀਟ ਹੋਣੀ ਚਾਹੀਦੀ ਹੈ ਸਾਡੀ ਜੀ 85 ਨੰਬਰ ਇਹਨਾਂ ਨੇ ਵਾੜਾਂ ਹੀ ਚੇਂਜ ਕਰਾ ਦਿੱਤੀਆਂ ਇਹ ਸਾਨੂੰ 79 ਲਿਆ ਕੇ ਦਿੱਤੀ ਆ ਸਾਡੀ じゃ ਕੇ 84 ਨੰਬਰ ਵਾੜੀਓ ਕੱਢ ਕੇ ਲੈ ਕੇ ਜੈਂਟ ਸੀਟ ਸੀਗੀ ਜੀ ਉਹ ਕਾਂਗਰਸ ਨੇ ਸੋ ਚੇਂਜ ਕਰਾ ਲਈ ਆ ਉਥੇ ਰਮਨ ਬਖਸ਼ੀ ਇਹਨਾਂ ਦਾ ਉਹ ਚੇਂਜ ਕਰਾ ਕੇ ਲੈ ਗਿਆ ਸਾਨੂੰ ਇਹ 79 ਲੇਡੀ ਸ਼ੀਟ ਦੇ ਕੇ ਅਸੀਂ ਫੇਰ ਵੀ ਇੱਥੇ ਮਿਹਨਤ ਕਰਕੇ ਤਿਆਰ ਕਰ ਲਿਆ ਵਾੜ ਨੂੰ ਅੱਜ ਪਤਾ ਲੱਗਾ ਵੀ ਇਹ ਸ਼ੀਟ ਚੇਂਜ ਕਰ ਦਿੱਤੀ ਇਹਨਾਂ ਨੇ ਬੀਜੇਪੀ ਨੇ ਰੱਖ ਲਈ ਆ ਜਦ ਕਿ ਬੀਜੇਪੀ ਇਹ ਇਲਾਕੇ ਚ ਬੂਥ ਨਹੀਂ ਲਾ ਸਕਦੀ ਜਿੱਤਨ ਦੀ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਆ ਇਹ ਤੁਹਾਨੂੰ ਆਨਲਾਈਨ ਦਿਨਾਂ ਚ ਪਤਾ ਲੱਗ ਜਾਣਾ ਪਈ ਇਹਨਾਂ ਦੇ ਪੱਲੇ ਕੀ ਇਥੇ ਇਹ ਸਾਡੀ ਕਾਲੀਦਲ ਦੇ ਵਰਕਰ ਨੇ ਕਾਲੀਦਲ ਬੰਦੇ ਬਹੁ ਮਹਿਸੂਸ ਕਰਨ ਦੇ ਸਾਡੇ ਵਰਕਰ ਵੀ ਇਹ ਭਾਜੀ ਕੀ ਬਣਿਆ ਤੇ ਅਸੀਂ ਤਾਂ ਸਰਕਾਰ ਕੋ ਮੰਤਰੀ ਸਾਹਿਬ ਕੋ ਮੀਠਿਆ ਸਾਹਿਬ ਕੋ ਮੰਗ ਕਰਦੇ ਆ ਪੇ ਸ਼ੀਟ ਨੂੰ ਕਾਲੀਦਲ ਦੀ ਝੋਲੀ ਚ ਪਾਇਆ ਜਾਵੇ ਤੇ ਸਾਨੂੰ ਇਹ ਸ਼ੀਟ ਦਿੱਤੀ ਜਾਵੇ ਜੀ ਸਾਹਿਬ ਜੇ ਬਾਈਟਸ ਵਿੱਚ ਇਹ ਸੀਟ ਜਿਹੜੀ ਆ ਤੁਹਾਨੂੰ ਨਹੀਂ ਮਿਲਦੀ ਕਿ ਕਾਡਾ ਰਿਐਕਸ਼ਨ ਕੀ ਹੋਇਆ ਅਹੀਂ ਤੇ ਪਾਰਟੀ ਵਰਕਰ ਹੈ ਪਾਰਟੀ ਨਾਲ ਚੱਲਾਂਗੇ ਪਰ ਮੰਨ ਨਹੀਂ ਹੈਗਾ ਤੁਰੰਦਾ ਜੀ ਜੀ ਸਥਾਨੀਏ ਲੋਕੋ ਸੇ ਜਦ ਹਾਂ ਪੇ ਬਾਤ ਕੀ ਗਈ ਹੈ ਤਾਂ ਉਨ੍ਹਾਂ ਕਹਿੰਦਾ ਹੈ ਕਿ ਯਹਾਂ ਪਰ ਵਿਕਾਸ ਜੋ ਹੈ ਉਹ ਮਤਲਬ ਇਤਨਾ ਨਹੀਂ ਹੋਆ ਜੋ ਕਾਂਗਰਸੀ ਜੋ ਥੇ ਉਨ੍ਹਾਂ ਦੇ ਘਰ ਕੇ ਅਗੇ ਗਲੀ ਨਹੀਂ ਬਣਾਈ ਗਈ ਜੋ ਅਕਾਲੀ ਥੇ ਸਿਰਫ ਉਨ੍ਹਾਂ ਦੇ ਘਰ ਕੇ ਅਗੇ ਗਲੀ ਬਣਾਈ ਗਈ ਕੋਈ ਇੱਕ ਗਲੀ ਦੱਸੋ ਸਾਨੂੰ ਕੋਈ ਇੱਕ ਗਲੀ ਦਾ ਨਾਮ ਦੱਸੇ ਪੀ ਜਿੱਥੇ ਕਾਂਗਰਸ ਦੇ ਵਰਕਰ ਦੀ ਜਗ੍ਹਾ ਅਕਾਲੀ ਛੱਡੀ ਆ ਕੋਈ ਇੱਕ ਗਲੀ ਦੱਸਣ ਸਾਨੂੰ ਕੋਈ ਬਿਲਕੁਲ ਝੂਠ ਆ ਜੇ ਅਹੀਂ ਹਰਗਵਿੰਦ ਕਲੋਨੀ ਚੱਲਾਈ ਹੈ ਪੂਰੀ ਹਰਗਵਿੰਦ ਕਲੋਨੀ ਚੁੱਕੀ ਹੋਈ ਹੈ ਹਰਗਵਿੰਦ ਕਲੋਨੀ ਦਾ ਕੰਮ ਕੀਆ ਪੂਰੀ ਇੱਕ ਤਰਫ ਸੇ ਸ਼ੁਰੂ ਕਰ ਦਿੱਤਾ ਪੂਰਾ ਕੰਮ ਕੀਆ ਹੈ ਗੁਰਨਾਨਕ ਐਵਨਿ ਸ਼ੁਰੂ ਕੀਤੀ ਪੂਰਾ ਕੀਤਾ ਹੈ ਮਲਾਬ ਨੂੰ ਜੋ ਕੰਮ ਕੀਤਾ ਪੂਰਾ ਕੀਤਾ ਹੈ ਕਨਪੁਰ ਦੀਆਂ ਗਲੀਆਂ ਚੁੱਕੀਆਂ ਪੂਰਾ ਚੁੱਕੀਆਂ ਨੇ ਬਸੰਤ ਵਿਹਾਰ ਚੁੱਕਿਆ ਹੈ ਰਾਜ ਐਵਨਿ ਚੁੱਕਿਆ ਹੈ ਕਾਲੇ ਪਿੰਨ ਤੇ ਕੰਮ ਸ਼ੁਰੂ ਕਰਾਤਾ ਹੈ ਜੀ ਹੁਣ ਮੰਨ ਲਓ ਸਰਕਾਰ ਚੇਂਜ ਹੋ ਗਈ ਆ ਤੇ ਕਾਂਗਰਸ ਸਰਕਾਰ ਨੇ ਆਉਂਦਿਆਂ ਸਾਰੇ ਸਾਡੇ ਕੰਮ ਵਿਕਾਸ ਦੇ ਚੱਲਣ ਦੇ ਸੀ ਉਹਨੂੰ ਰੋਕ ਦਿੱਤਾ ਹੈਗਾ ਜੀ ਕੰਮ ਰੁਕਿਆ ਨੂੰ ਤੇ ਗਵਨ ਤੇ ਮਨ ਨੂੰ ਸਾਲ ਹੀ ਲੰਘਿਆ 8-10 10 ਮਹੀਨਿਆਂਗੇ ਕੰਮ ਰੋਕਿਆ ਨੂੰ ਸਰਕਾਰ ਨੇ ਕੰਮ ਰੋਕ ਦਿੱਤੇ ਜੋ ਸਾਡੇ ਡਿਵੈਲਪਮੈਂਟ ਦੇ ਪੈਸੇ ਉਹਨੂੰ ਰੋਕ ਦਿੱਤਾ ਕੰਮ ਸਰਕਾਰ ਨੇ ਰੋਕਿਆ ਜਿ세 ਕੋ ਗਲੀਆਂ ਕੁਛ ਰਹਿ ਗਈਆਂ ਨੇ ਇਹ ਸਰਕਾਰ ਨਵੀਂ ਆਉਣ ਦੇ ਕਾਰਨ ਕੰਮ ਰੁਕਿਆ ਇਹ ਕੰਮ ਕਵਰ ਹੋ ਜਾਣੇ ਹੈਗੇ ਸਾਡੇ ਅਜੇ ਵੀ ਵਾਰਡ ਦੇ ਪੈਸੇ ਬਚੇ ਹੋਏ ਨੇ ਜਿਹੜੇ ਕਾਂਗਰਸ ਸਰਕਾਰ ਵਾਪਸ ਲੈ ਗਈ ਹੈ